ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਦੇ ਵਿੱਚ ਪੈਂਦੇ ਪਿੰਡ ਬੀਲੇਵਾਲਾ ਤੋਂ ਗੁਜ਼ਰਦੇ ਬੀਲੇਵਾਲਾ ਮਾਈਨਰ ਦੇ ਵਿੱਚੋਂ ਭੇਤ ਭਰੇ ਹਾਲਾਤਾਂ ਦੇ ਵਿੱਚ ਇੱਕ ਲਾਸ਼ ਮਿਲੀ ਹੈ। ਪਹਿਰੇਦਾਰ ਟੀਵੀ ਦੀ ਟੀਮ ਦੇ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਇਕੱਤਰ ਕੀਤੀ ਜਾਣਕਾਰੀ ਦੇ ਅਨੁਸਾਰ ਪਿੰਡ ਦੇ ਵਿੱਚੋਂ ਗੁਜ਼ਰਦੇ ਮਾਈਨਰ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਫਸੀ ਹੋਈ ਸੀ। ਉੱਥੋਂ ਗੁਜ਼ਰਨ ਵਾਲੇ ਪਿੰਡ ਵਾਸੀਆਂ ਨੇ ਜਦੋਂ ਲਾਸ਼ ਵੇਖੀ ਤਾਂ ਪਿੰਡ ਦੇ ਸਰਪੰਚ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ। ਸਰਪੰਚ ਪਰਮਿੰਦਰ ਸਿੰਘ ਨੇ ਸੰਬੰਧਿਤ ਥਾਣਾ ਸਾਦਿਕ ਨੂੰ ਇਸਦੀ ਜਾਣਕਾਰੀ ਦਿੱਤੀ ਹੈ। ਥਾਣਾ ਸਾਦਿਕ ਤੋਂ ASI ਬਲਦੇਵ ਸਿੰਘ ਅਤੇ SC ਬਿਆਨ ਸਿੰਘ ਸੰਧੂ ਨੇ ਮੌਕੇ ਦੇ ਉੱਤੇ ਪਹੁੰਚ ਕੇ ਕਾਰਵਾਈ ਕਰਦਿਆਂ ਜਦੋਂ ਤਫਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਮ੍ਰਿਤਕ ਦਾ ਨਾਮ ਗੁਰਮੁਖ ਸਿੰਘ ਪੁੱਤਰ ਸੁਦਾਗਰ ਸਿੰਘ ਬਾਜ਼ੀਗਰ ਬਸਤੀ ਗਲੀ ਨੰਬਰ 10 ਫਰੀਦਕੋਟ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ ਕਰੀਬਨ 65 ਸਾਲ ਦੱਸੀ ਜਾ ਰਹੀ ਹੈ। ਮੌਕੇ ਦੇ ਉੱਤੇ ਪਹੁੰਚ ਕੇ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਗੁਰਮੁਖ ਸਿੰਘ ਕਰੀਬਨ 2 ਦਿਨਾਂ ਤੋਂ ਘਰ ਤੋਂ ਲਾਪਤਾ ਸੀ, ਜਿਸ ਦੀ ਇਤਲਾਹ ਵੀ ਥਾਣਾ ਸਿਟੀ ਫਰੀਦਕੋਟ ਵਿਖੇ ਦੇ ਦਿੱਤੀ ਗਈ ਸੀ। ਥਾਣਾ ਸਾਦਿਕ ਦੀ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਹਾਂਜੀ, ਅਸੀਂ ਕਿੰਨਾ ਦਾ ਨਾ ਪਰਸੋਂ ਕਿੰਨਾ ਦਾ ਮਤਲਬ ਕੱਲ੍ਹ ਰਾਊਟ ਲਗਾਈ, ਪਰਸੋਂ 3:30 ਵਜੇ ਘਰੋਂ ਨਿਕਲੇ ਆ ਪੱਠੇ ਲੈਣ, ਅਤੇ ਉਦੋਂ ਬਾਅਦ ਕਿੰਨਾ ਦਾ ਅਸੀਂ ਤਾਂ ਕਿੰਨਾ ਦਾ ਕੱਲ੍ਹ ਤਾਂ ਸਾਰੇ ਪਰਸੋਂ ਅਸੀਂ ਕਿਹਾ ਅੱਗੇ ਵੀ ਆ ਜਾਂਦਾ ਹੁੰਦਾ ਘਰੇ, ਅਤੇ ਆਪੇ ਕਿੰਨਾ ਸ਼ਾਮ ਨੂੰ 11-12 ਵਜੇ ਕਈ ਵਾਰ ਰਾਤ ਨੂੰ ਤੁਰਿਆ ਹੁੰਦਾ, ਅਤੇ ਜਦੋਂ ਅਸੀਂ ਕਿੰਨਾ ਦਾ ਕੱਲ੍ਹ ਸ਼ਾਮ ਨੂੰ ਫਿਰ ਅਸੀਂ ਸਾਰੇ ਭਾਲੇ ਰਿਸ਼ਤੇਦਾਰਾਂ 'ਚ ਭਾਲ ਭੋਲ ਕੇ ਆਏ, ਅਤੇ ਕਿੰਨਾ ਦਾ ਸਾਨੂੰ ਨਹੀਂ ਕੋਈ ਪਤਾ ਲੱਗਾ। ਉਦੋਂ ਬਾਅਦ ਫਿਰ ਕਿੰਨਾ ਦਾ ਅਸੀਂ ਸ਼ਾਮ ਨੂੰ 8 ਵਜੇ ਜਾ ਕੇ ਥਾਣੇ ਰਿਪੋਰਟ ਲਿਖਾਏ। ਕਿਹੜੇ ਥਾਣੇ ਰਿਪੋਰਟ ਦਿੱਤੀ? ਕਤਵਾਲੀ ਜੀ। ਠੀਕ ਹੋ, ਅਤੇ ਹੁਣ ਸਾਨੂੰ ਇੱਥੇ ਕਿੰਨਾ ਦਾ ਆ ਕੇ ਉੱਥੇ ਅਸੀਂ ਜਦੋਂ ਗਏ ਤੜਕੇ ਥਾਣੇ ਜਾ ਕੇ ਖੜ੍ਹੇ, ਅਤੇ ਉੱਥੋਂ ਨਾ ਮੁੰਡੇ ਨੇ ਇੱਥੋਂ ਡੋਗ ਤੋਂ ਕਿਸੇ ਨੇ ਫੋਨ ਕੀਤਾ ਵੀ ਕਿੰਨਾ ਦਾ ਤੁਹਾਡਾ ਨਾ ਵੇਖ ਲਓ ਤੁਸੀਂ, ਅਤੇ ਉਦੋਂ ਮੈਂ ਮੁਨਸ਼ੀ ਸਾਹਿਬ ਨੂੰ ਕਿਹਾ, ਅਤੇ ਮੁਨਸ਼ੀ ਸਾਹਿਬ ਨੇ ਮੈਨੂੰ ਉਦੋਂ ਹੀ ਇੱਥੋਂ ਦਾ ਥਾਣੇ ਵਾਲਿਆਂ ਨੂੰ ਇੱਥੋਂ ਵਾਲੇ ਕਿੰਨਾ ਸਾਦਕ ਵਾਲਿਆਂ ਨੂੰ ਫੋਨ ਕੀਤਾ ਵੀ ਕਿੰਨਾ ਦਾ ਇਤਰਾ ਕੋਈ ਲਾਸ਼ਤ ਨਹੀਂ, ਉਹਨਾਂ ਨੇ ਕਿੱਦਾਂ ਦਾ ਨਾਲ ਦੀ ਨਾਲ ਹੀ ਵਟਸਐਪ 'ਤੇ ਪਾ ਦਿੱਤਾ, ਅਤੇ ਉਹ ਅਸੀਂ ਫੋਟੋ ਵੇਖ ਕੇ ਅਤੇ ਉੱਥੇ ਇੱਥੇ ਪਹੁੰਚ ਗਏ। ਕੀ ਨਾਂ ਤੁਹਾਡੇ ਪਿਤਾ ਜੀ ਦਾ? ਗੁਰਮੁਖ ਸਿੰਘ ਜੀ। ਅੱਜ ਸਾਨੂੰ ਪਰਮਿੰਦਰ ਸਿੰਘ ਸਰਪੰਚ ਬੀਲੇ ਵਾਲੇ ਦਾ ਫੋਨ ਆਇਆ ਕਿ ਬੀਲੇ ਵਾਲਾ ਮਾਈਨਰ 'ਚ ਇੱਕ ਡੈੱਡ ਬੋਡੀ ਆਈ ਹੈ। ਅਸੀਂ ਮੌਕਾ 'ਤੇ ਪਹੁੰਚ ਕੇ ਡੈੱਡ ਬੋਡੀ ਦੀ ਪਛਾਣ ਕਰਵਾਈ, ਫੋਟੋਆਂ ਵਟਸਐਪ ਭੇਜੀਆਂ, ਤਾਂ ਥਾਣਾ ਸਿਟੀ ਫਰੀਦਕੋਟ ਤੋਂ ਮੁਨਸ਼ੀ ਪਤਾ ਲੱਗਿਆ ਕਿ ਗੁਰਮੁਖ ਸਿੰਘ ਪੁੱਤਰ ਸੁਦਾਗਰ ਸਿੰਘ ਜੋ ਕਿ ਪਰਸੋਂ ਮਿਤੀ 10/9/18 ਤੋਂ ਲਾਪਤਾ ਹੋਇਆ ਸੀ, ਤਾਂ ਉਸ ਦੇ ਸੰਬੰਧੀ ਇਹਨਾਂ ਨੇ ਕੱਲ੍ਹ ਗੁਰਮੁਖ ਸਿੰਘ ਦੇ ਬੇਟੇ ਸੋਨੂੰ ਨੇ ਕੱਲ੍ਹ ਥਾਣਾ ਸਿਟੀ ਫਰੀਦਕੋਟ ਵਿਖੇ ਇਹਦੀ ਰਿਪੋਰਟ ਦਰਜ ਕਰਵਾਈ ਸੀ, ਅਤੇ ਉਸ ਤੋਂ ਬਾਅਦ ਉਹਨਾਂ ਨੇ ਤਸਦੀਕ ਕੀਤਾ ਗੁਰਮੁਖ ਸਿੰਘ ਦੇ ਵਾਰਸਾਂ ਨੇ ਕਿ ਇਹ ਜਿਹੜੀ ਡੈੱਡ ਬੋਡੀ ਹੈ ਸਾਡੇ ਪਿਤਾ ਦੀ ਹੈ। ਉਹਨਾਂ ਨੇ ਮੌਕੇ 'ਤੇ ਆ ਕੇ ਅੱਜ ਡੈੱਡ ਬੋਡੀ ਦੀ ਪਛਾਣ ਕਰ ਲਈ ਹੈ, ਅਤੇ ਇਸ ਸੰਬੰਧੀ ਅਸੀਂ ਕਾਰਵਾਈ ਕਰ ਰਹੇ ਹਾਂ। ਸਾਦਿਕ ਤੋਂ ਰਵੀ ਸੰਗਰਾਹੂਰ ਅਤੇ ਮੰਦਰ ਰੁਮਾਣਾ ਦੀ ਰਿਪੋਰਟ।